Good morning, dear students. Today, we will do the daily dose of playing Kabaddi. Firstly, select the correct word from the list given below and write it in the given space. Students, some words have been given there. We have to choose the correct words and have to fill in the blanks. Our first sentence is, read down the sentence. This is where you bat and bowl in cricket. There are some words given upside. We have to choose one word. First is, this is where you bat and bowl in cricket. Ajehi thaan jithe cricket de duran tusi batting te bowling karde ho. Bacche onu ki kehne aapa pitch. Onu aapa ki kehne aa pitch. Our first answer is pitch. Second sentence, this is where you can play basketball. Basketball kithe khelde ho beta? In the court. Our second answer is court. Third, this is person watches a game or a match. O person, o vyakti jo games te match dekhde ne unnan ki bolde ne spectator. ਕੀ ਬੋਲਦੇ ਨੇ ਬੇਟਾ ਸਪੈਕਟੇਟਰ ਅਵਰ ਥਰਡ ਆਂਸਰ ਇਜ਼ ਸਪੈਕਟੇਟਰ ਫੋਰਥ ਇਜ਼ ਦਿਸ ਇਜ਼ ਸਮਥਿੰਗ ਦੈਟ ਮੇਕਸ ਅ ਲਾਊਡ ਨੋਇਜ਼ ਕਿਹੜੀ ਚੀਜ਼ ਜਿਹੜੀ ਬੜੀ ਉੱਚੀ ਆਵਾਜ਼ ਕਰਦੀ ਹੈ ਮੈਚ ਦੇ ਦੌਰਾਨ ਆਪਾਂ ਅਕਸਰ ਉਹਨੂੰ ਯੂਜ਼ ਕਰਦੇ ਹਾਂ ਉੱਚੀ ਆਵਾਜ਼ ਵਾਸਤੇ ਬੇਟਾ ਉਹ ਕਹਿੰਦੀ ਹੈ ਵਿਸਲ ਦੈਟ ਇਜ਼ ਵਿਸਲ ਅਵਰ ਫੋਰਥ ਆਂਸਰ ਇਜ਼ ਵਿਸਲ ਫਿਫਥ ਇਜ਼ ਦਿਸ ਇਜ਼ ਅ ਰਿਜ਼ਲਟ ਆਫ ਏ ਮੈਚ ਇਨ ਵਿੱਚ ਨਾਈਦਰ ਸਾਈਡ ਵਿਨਸ ਮੈਚ ਜਿਹਾ ਮੈਚ ਜਿਹਦੇ ਰਿਜ਼ਲਟ ਵਿੱਚ ਕੋਈ ਵੀ ਜਿਹੜੀ ਟੀਮ ਹੈ ਉਹ ਜਿੱਤਦੀ ਨਹੀਂ ਤਾਂ ਆਪਾਂ ਕੀ ਕਹਿੰਦੇ ਹਾਂ ਕਿ ਮੈਚ ਕੀ ਰਿਹਾ ਬਰਾਬਰ ਰਿਹਾ ਅਤੇ ਬਰਾਬਰ ਰਿਹਾ ਨੂੰ ਬੇਟਾ ਆਪਾਂ ਕੀ ਕਹਾਂਗੇ ਡਰੋ ਮੈਚ ਇਜ਼ ਡਰੋ ਸਿਕਸ ਦਿਸ ਇਜ਼ ਸਮਵਨ ਹੂ ਜਜਿਜ਼ ਦਾ ਪਰਫੋਰਮੈਂਸ ਆਫ ਦਾ ਪਲੇਅਰਸ ਉਹ ਵਿਅਕਤੀ ਜੋ ਪਲੇਅਰਸ ਦੀ ਖਿਡਾਰੀਆਂ ਦੀ ਪਰਫੋਰਮੈਂਸ ਨੂੰ ਜੱਜ ਕਰਦਾ ਹੈ ਉਹਨੂੰ ਕੀ ਕਿਹਾ ਜਾਂਦਾ ਬੇਟਾ ਅੰਪਾਇਰ ਕੀ ਬੋਲਦੇ ਹਾਂ ਅੰਪਾਇਰ ਅਵਰ ਸਿਕਸਥ ਆਂਸਰ ਇਜ਼ ਅੰਪਾਇਰ ਸੈਵਨ ਦਿਸ ਇਜ਼ ਵੇ ਯੂ ਸਿਟ ਔਰ ਸਟੈਂਡ ਟੂ ਵਾਚ ਅ ਮੈਚ ਮੈਚ ਦੇ ਦੌਰਾਨ ਜਦੋਂ ਬੇਟਾ ਮੈਚ ਦੇਖਣ ਜਾਈਦਾ ਹੈ ਉੱਥੇ ਆਪਣੀ ਬੈਠਣ ਜਾਂ ਖੜ੍ਹੀ ਹੋਣ ਵਾਸਤੇ ਇੱਕ ਜਗ੍ਹਾ ਬਣੀ ਹੁੰਦੀ ਹੈ ਉਹਨੂੰ ਕੀ ਬੋਲਿਆ ਜਾਂਦਾ ਹੈ ਸਟੈਂਡਸ ਕੀ ਬੋਲਦੇ ਨੇ ਸਟੈਂਡਸ ਅਵਰ ਸੈਵਨਥ ਆਂਸਰ ਇਜ਼ ਸਟੈਂਡਸ ਏਟਥ ਇਜ਼ ਦਿਸ ਇਜ਼ ਸਮਵਨ ਹੂ ਟੀਚਿਜ਼ ਯੂ ਹਾਊ ਟੂ ਪਲੇ ਆ ਸਪੋਰਟ ਕੋਈ ਵੀ ਗੇਮ ਖੇਡਣੀ ਹੋਵੇ ਆਪਾਂ ਉਹਦੀ ਅਭਿਆਸ ਕਰਦੇ ਹਾਂ ਸਿੱਖਦੇ ਹਾਂ ਆਪਾਂ ਨੂੰ ਜੋ ਇਹਦਾ ਅਭਿਆਸ ਕਰਵਾਉਂਦਾ ਹੈ ਮੈਚ ਸਿਖਾਉਂਦਾ ਹੈ ਜਾਂ ਕੋਈ ਗੇਮ ਸਿਖਾਉਂਦਾ ਹੈ ਉਸ ਪਰਸਨ ਨੂੰ ਕੀ ਕਿਹਾ ਜਾਂਦਾ ਹੈ ਕੋਚ ਗੇਮਸ ਨੂੰ ਸਿਖਾਉਣ ਵਾਲੇ ਪਰਸਨ ਨੂੰ ਕੀ ਕਿਹਾ ਜਾਂਦਾ ਹੈ ਕੋਚ ਅਵਰ ਏਟਥ ਆਂਸਰ ਇਜ਼ ਕੋਚ ਨੈਕਸਟ ਦਿਸ ਪਰਸਨ ਮੇਕਸ ਸ਼ਿਓਰ ਦੈਟ ਰੂਲਸ ਆਰ ਫੋਲੋਡ ਔਨ ਦਾ ਕ੍ਰਿਕਟ ਗਰਾਊਂਡ ਕ੍ਰਿਕਟ ਦੇ ਮੈਦਾਨ ਵਿੱਚ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਦੱਸਦਾ ਹੈ ਕਿ ਰੂਲਸ ਫੋਲੋ ਕੀਤੇ ਜਾ ਰਹੇ ਹਨ ਜਾਂ ਨਹੀਂ ਕੀਤੇ ਜਾ ਰਹੇ ਉਸ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ ਰੈਫਰੀ ਅਵਰ ਨਾਈਨਥ ਆਂਸਰ ਇਜ਼ ਰੈਫਰੀ ਅਵਰ ਨਾਈਨਥ ਆਂਸਰ ਇਜ਼ ਰੈਫਰੀ ਟੈਂਥ ਦਿਸ ਇਜ਼ ਅ ਪਲੇਸ ਵੇਅਰ ਪਲੇਅਰਸ ਰੈਸਟ ਐਂਡ ਗੈਟ ਰੈਡੀ ਫਾਰ ਦਾ ਗੇਮ ਅਜਿਹੀ ਜਗ੍ਹਾ ਜਿੱਥੇ ਪਲੇਅਰਸ ਰੈਸਟ ਕਰਦੇ ਨੇ ਜਾਂ ਗੇਮ ਦੇ ਲਈ ਤਿਆਰ ਹੁੰਦੇ ਨੇ ਉਹ ਜਗ੍ਹਾ ਉਹਨਾਂ ਦੇ ਆਰਾਮ ਕਰਨ ਵਾਸਤੇ ਜੋ ਬਣੀ ਹੁੰਦੀ ਹੈ ਉਹਨਾਂ ਨੂੰ ਕੀ ਬੋਲਿਆ ਜਾਂਦਾ ਹੈ ਪਵੀਲੀਅਨ ਕੀ ਬੋਲਿਆ ਜਾਂਦਾ ਹੈ ਪਵੀਲੀਅਨ ਅਵਰ ਟੈਂਥ ਆਂਸਰ ਇਜ਼ ਪਵੀਲੀਅਨ ਨਾਓ ਬੇਟਾ ਵੀ ਹੈਵ ਕੰਪਲੀਟਿਡ ਦਾ ਫਿਲਅਪਸ ਨਾਓ ਕਮ ਟੂ ਦਾ ਨੈਕਸਟ ਪੁਆਇੰਟ ਦਿਸ ਇਜ਼ ਮੈਚ ਦਾ ਕਰੈਕਟ ਵਰਡ ਵਿਦ ਇਟਸ ਮੀਨਿੰਗ ਲੈਟ ਅਸ ਸਟਾਰਟ ਫਸਟ ਇਜ਼ ਬ੍ਰੀਥ ਬ੍ਰੀਥ ਮੀਨਸ ਸਾਹ ਲੈਣਾ the air that goes in and out of mouth or nose, that is called breathe. Second is continued. Continued means lagatar jari rehna. Something that goes on and on. Something that goes on and on. Touch. To put one's hand on or against something kise malo cheez nu kise ne hath lagana shuna ki kehnda hai touch member
अ परसन हु बिलोंग्स टू अ ग्रुप और अ टीम। जिहड़ा परसन किसी ग्रुप या टीम नू बिलोंग करता हो बेटा उन्हों की कहा जाता है मैंबर। डियर स्टूडेंट्स वी हैव कंप्लीटेड द डेली डोज ऑफ टूडे, यू हैव टू राइट डाउन इट ऑन योर नोटबुक्स।